ਜੇ ਤੁਹਾਡੇ ਅੰਦਰ ਕਿਤੇ ਇਹ ਕਿਣਕਾ ਛੁਪਿਆ ਵੀ ਬਾਬਾ ਗੁਰਵਿੰਦਰ ਸਿੰਘ ਖੇੜੀ ਦੇ ਅੰਦਰ 1% ਵੀ ਸਰਕਾਰ ਦਾ ਡਰ ਹੈ, ਉਹ ਅੱਜ ਵਰਕਾ ਪਾੜ ਕੇ ਸੱਟ ਕੇ ਵਗ ਜਿਓ। ਪੜਦੇ ਆ? ਡਰ ਨਹੀਂ ਹੈ ਮੇਰੇ ਅੰਦਰ ਕਿਸੇ। ਪੜਦੇ ਆ? ਪਾੜ ਕੇ। ਕੀ ਗੱਲ? ਪਾੜ ਕੇ ਬਿਲਕੁਲ। ਦੱਸੋ ਕਿੱਥੇ ਖੜਨਾ? ਜਿੱਥੇ ਪੰਥ ਦੀ ਗੱਲ ਹੈ, ਧਰਮ ਦੀ ਗੱਲ ਹੈ, ਹੱਕ ਦੀ ਗੱਲ ਹੈ, ਸੱਚ ਦੀ ਗੱਲ ਹੈ, ਗਰੀਬ ਦੀ ਗੱਲ ਹੈ, ਅਣਖ ਦੀ ਗੱਲ ਹੈ, ਕਿੱਥੇ ਖੜਨਾ ਮੈਂ? ਖੜਾ ਕਿਤੇ ਖੜਾ ਹੋ ਮੈਨੂੰ। ਕੁਝ ਲੋਕ ਕਹਿੰਦੇ ਕਹਿੰਦੇ ਬਾਬਾ ਤਾਂ ਡੇਰੇ 'ਚ ਉਲਝ ਗਿਆ। ਉਲਝ ਤਾਂ ਦੇਖੋ ਜੀ, ਹੁਣ ਕੰਮ ਅੜਜ ਗਿਆ। ਕਹਿੰਦੇ ਬਾਬਾ ਡੇਰੇ 'ਚ ਅੜਜ ਗਿਆ। ਕਹਿੰਦੇ ਬਾਬਾ ਕੌਮ ਦੀ ਗੱਲ ਕਿਵੇਂ ਕਰੇਗਾ, ਅਗਵਾਈ ਕਿਵੇਂ ਕਰੇਗਾ, ਇਹ ਤਾਂ ਡੇਰੇ 'ਚੋਂ ਕਹਿੰਦੇ ਉਲਝ ਗਿਆ। ਤੁਸੀਂ ਐਂ ਕਰੋ ਜੀ, ਮੈਨੂੰ 5 ਸਿੰਘ ਦੇ ਦਿਓ ਅਮਰੀਕਾ 'ਚੋਂ, ਉਹਨਾਂ ਨੂੰ ਕਹਿ ਜੀ ਬਾਬਾ ਜੀ ਦਾ ਡੇਰਾ ਸਾਂਭ ਲਓ ਤੁਸੀਂ, ਮੈਨੂੰ ਰੋਜ਼ ਹੀ ਭਾਵੇਂ ਲਈ ਫਿਰੀ ਜਾਇਓ। ਅਮਰੀਕਾ ਦੇ ਕਿਉਂ ਚਾਹੀਦੇ, ਇੱਥੋਂ ਦੇ ਕਿਉਂ ਨਹੀਂ ਚਾਹੀਦੇ ਬਈ? ਇੱਥੋਂ ਦੇ ਦਿਓ, ਇੱਥੋਂ ਦੇ ਦਿਓ, ਮਤਲਬ ਇੱਥੇ ਵਾਲੇ ਤਾਂ ਵਿਚਾਰੇ ਜੇ ਗੱਠੇ ਮਹਿੰਗੇ ਹੋ ਜਾਣ ਤੜਕਾ ਨਹੀਂ ਲਾਉਂਦੇ, ਇਹ ਕਿੱਥੇ ਆਸ਼ਰਮ 'ਚ ਲਾ ਲੈਣਗੇ? ਇੱਥੇ ਵਾਲੇ ਕਿਹੜੇ ਨੇ? ਜਾਂ ਫਿਰ ਇੱਥੇ ਵਾਲੇ ਜਿਹਨਾਂ ਕੋਲ ਪੈਸਾ ਉਹ ਕੱਢਦੇ ਨਹੀਂ। ਮਤਲਬ 5 ਸਿੰਘਾਂ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਉਹ ਮੈਨੂੰ ਕੁਛ ਦੇਣ, ਉਹ ਆਸ਼ਰਮ ਸਾਂਭ ਲੈਣ। ਬੋਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਕਿੱਥੇ ਰੋਜ਼ ਹੀ ਮੈਂ ਤੁਹਾਨੂੰ ਸੜਕਾਂ 'ਤੇ ਬਿੱਡ ਲਈ ਫਿਰੀ ਜਾਓ ਮੈਨੂੰ। ਹੁਣ ਜੇ ਤੁਸੀਂ ਮੰਨ ਲਓ ਟਿਊਸ਼ਨ ਪੜ੍ਹਾਉਂਦੇ ਹੋ, ਤੁਸੀਂ ਕਮਰੇ 'ਚ ਬੈਠੇ ਹੋ, ਟਿਊਸ਼ਨ ਪੜ੍ਹਾ ਰਹੇ ਹੋ, ਤੁਸੀਂ 10 ਬੱਚਿਆਂ ਨੂੰ ਪੜ੍ਹਾ ਲਓਗੇ, 15 ਬੱਚਿਆਂ ਨੂੰ ਪੜ੍ਹਾ ਲਓਗੇ। ਜੇ ਇੱਕ ਕਮਰੇ 'ਚ ਤੁਹਾਨੂੰ 100 ਬੱਚਾ ਵਾੜ ਕੇ ਤੁਹਾਨੂੰ ਵੀ ਟਿਊਸ਼ਨ ਪੜ੍ਹਾਓ, ਕੋਈ ਤੁਹਾਡੀ ਪਿੱਠ 'ਤੇ ਐਂ ਕਰ ਰਿਹਾ, ਕੋਈ ਐਂ ਕਰ ਰਿਹਾ, ਉਲਝ ਜਾਓਗੇ ਤੁਸੀਂ? ਉਹੀ ਕੰਮ ਮੇਰੇ ਨਾਲ ਹੋਇਆ। ਮੰਦਬੁੱਧੀ ਤਾਂ 2 ਸਾਹਮਣੇ ਔਖੇ ਨੇ, ਮੇਰੇ ਕੋਲ 60 ਨੇ ਇੱਥੇ, ਮੈਂ ਇਸ ਕਰਕੇ ਉਲਝ ਗਿਆ। ਮੈਨੂੰ ਤਾਂ ਜ਼ਿੰਮੇਵਾਰੀ ਚੱਕੋ, ਕੋਈ ਵੀ ਬੰਦਾ, ਮੈਂ ਤਾਂ ਰੋਜ਼ ਹੀ ਕੌਮ ਦੀ ਗੱਲ ਕਰਨ ਵਾਲਾ। ਮੇਰਾ ਤਾਂ ਸੁਪਨਾ ਹੀ ਹੱਕ 'ਚ ਗੋਲੀ ਖਾ ਕੇ ਸ਼ਹੀਦ ਹੋਣ ਦਾ, ਮੇਰਾ ਤਾਂ ਡ੍ਰੀਮ ਹੀ ਇਹ ਹੈ ਵੀ ਨੌ ਨਾਲ ਸ਼ਹੀਦ ਲੱਗੇ ਜੀ, ਆਪਣਾ ਦੇਸ਼ ਬਣੇ, ਆਪਣਾ ਦੇਸ਼ ਬਣਾਈਏ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ, ਵੱਖਰਾ ਰਾਜ ਹੋਵੇ, ਖਾਲਸੇ ਦਾ ਰਾਜ ਹੋਵੇ, ਖਾਲਸੇ ਦਾ ਝੰਡਾ ਹੋਵੇ, ਖਾਲਸੇ ਦਾ ਪਾਸਪੋਰਟ ਹੋਵੇ। ਸੁਪਨੇ ਹੀ ਠੋਕ ਕੇ ਕਹਿੰਦੇ ਆ, ਕੋਈ ਡਰ ਹੀ ਕਿਸੇ ਦਾ ਹੈ ਨਹੀਂ।